ਫਰੀਦਕੋਟ ਦੀ ਜੇਲ੍ਹ 'ਚ ਜਸਪਾਲ ਸਿੰਘ ਦੀ ਹਿਰਾਸਤੀ ਮੌਤ ਹੁੰਦੀ ਹੈ, ਜਿਸ ਤੋਂ ਬਾਅਦ ਜੋ ਪੁਲਿਸ ਦੇ ਮੁਲਾਜ਼ਮਾਂ ਨੇ ਕੀਤਾ ਉਸਨੇ ਇੱਕ ਵਾਰ ਫਿਰ ਖਾਕੀ ਨੂੰ ਦਾਗਦਾਰ ਬਣਾ ਦਿੱਤਾ। ਜਸਪਾਲ ਦੀ ਲਾਸ਼ ਨਾ ਮਿਲਣ ਕਾਰਨ ਫਰੀਦਕੋਟ 'ਚ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਸੀ, ਪਰ ਸ਼ਾਇਦ ਲੱਗਦਾ ਹੈ ਕਿ ਇਹ ਹਾਲਾਤ ਹੁਣ ਸੁਧਰ ਜਾਣ। ਜੀ ਹਾਂ, ਨੌਜਵਾਨ ਜਸਪਾਲ ਸਿੰਘ ਦੀ ਮੌਤ ਅਤੇ ਉਸਦੀ ਲਾਸ਼ ਖੁਰਦਬੁਰਦ ਕਰਨ ਦੇ ਮਾਮਲੇ ਵਿੱਚ ਕੁਝ ਉਗ ਸੁੱਗ ਲੱਗਣ ਦੀ ਆਸ ਬੱਝੀ ਹੈ। ਦਰਅਸਲ ਪੰਜਾਬ ਪੁਲਿਸ ਨੂੰ ਰਾਜਸਥਾਨ ਨਹਿਰ 'ਚੋਂ ਲਾਸ਼ ਮਿਲੀ ਹੈ ਅਤੇ ਪੁਲਿਸ ਨੂੰ ਯਕੀਨ ਹੈ ਕਿ ਇਹ ਲਾਸ਼ ਜਸਪਾਲ ਸਿੰਘ ਦੀ ਹੈ। ਪੁਲਿਸ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਕੋਲ ਮਸੀਤਾ ਹੈੱਡ ਤੋਂ ਇਹ ਲਾਸ਼ ਬਰਾਮਦ ਕੀਤੀ ਹੈ। ਫਰੀਦਕੋਟ ਦੀ ਪੁਲਿਸ ਦੇ ਨਾਲ ਜਸਪਾਲ ਦੇ ਮਾਪੇ ਇਸ ਲਾਸ਼ ਦੀ ਸ਼ਨਾਖਤ ਕਰਨ ਲਈ ਪਹੁੰਚ ਚੁੱਕੇ ਨੇ। ਜੇਕਰ ਮਾਪਿਆਂ ਤੋਂ ਸ਼ਨਾਖਤ ਨਾ ਹੋਈ ਤਾਂ DNA ਟੈਸਟ ਦਾ ਵਿਕਲਪ ਵੀ ਚੁਣਿਆ ਜਾ ਸਕਦਾ। ਉੱਥੇ ਹੀ ਮ੍ਰਿਤਕ ਜਸਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਲਾਸ਼ ਮਿਲਣ ਤੋਂ ਬਾਅਦ ਵੀ ਲਗਾਇਆ ਗਿਆ ਧਰਨਾ ਜਾਰੀ ਰਹੇਗਾ। ਅਸੀਂ ਇਹੀ ਵੀ ਚੱਲ ਸਾਡੀ ਚਲੋ ਲਾਸ਼ ਸਿਆਣੀ ਜਾਵੇ ਅਤੇ ਫਿਰ ਵਿਸ਼ਵਾਸ ਹੋਵੇਗਾ ਸਾਨੂੰ ਵੀ ਸਾਡੇ ਅਸ਼ਨ ਕਮੇਟੀ ਵਾਲੇ ਬੰਦੇ ਨਾਲ ਹੈ, ਜਿੰਨਾ ਚਿਰ ਸਿਆਣੀ ਨਹੀਂ ਜਾਵੇ ਉਦੋਂ ਬਾਅਦ ਵੀ ਫਿਰ ਸਲਾਹ ਹੋਵੇਗੀ ਵੀ ਕੀ ਕਰਾਂਗੇ। ਪੁਲਿਸ ਨੇ IG ਸਾਹਿਬ ਆਏ ਕੀ ਗੱਲਬਾਤ ਕੀਤੀ ਤੁਹਾਡੇ ਨਾਲ? ਗੱਲਬਾਤ ਇਹੀ ਹੋਈ ਜੀ ਵੀ ਤੁਹਾਡਾ ਕੇਸ ਵੀ ਜਾਰੀ ਰਹੇਗਾ ਅਤੇ ਉਦੋਂ ਬਾਅਦ ਸਿਆਣ ਕੇ ਫਿਰ ਪਤਾ ਹੋਊ। ਅਤੇ ਤੁਸੀਂ ਵੀ ਨਾਲ ਜਾ ਰਹੇ ਹੋ? ਹਾਂਜੀ ਨਾਲ ਜਾ ਰਹੇ ਹਾਂ, ਮੁੰਡੇ ਦੀ ਮੰਮੀ ਵੀ ਜਾ ਰਹੀ ਹੈ ਅਤੇ ਮੈਂ ਵੀ ਜਾ ਰਿਹਾ ਨਾਲ। ਜੇ ਮੰਨ ਲਓ ਜਸਪਾਲ ਦੀ ਡੈੱਡ ਬੋਡੀ ਮਿਲ ਜਾਂਦੀ ਹੈ ਅਤੇ ਜਿਹੜਾ ਇਹ ਧਰਨਾ ਸਮਾਪਤ ਹੋਊ ਫਿਰ? ਨਹੀਂ, ਧਰਨਾ ਅਜੇ ਰਹੇਗਾ ਜੀ, ਇਹਨਾਂ ਦੀ ਰਾਏ ਦੇ ਨਾਲ ਕਮੇਟੀ ਦੇ ਹਿਸਾਬ ਨਾਲ ਧਰਨਾ ਰਹੇਗਾ ਜੀ। ਅੱਜ ਸਾਨੂੰ IG ਜਿਹੜੇ ਕਿ SIT ਦੇ ਹੈੱਡ ਨੇ, ਉਹਨਾਂ ਨੇ ਸਾਡੀ ਸਾਰੀ ਐਕਸ਼ਨ ਕਮੇਟੀ ਨੂੰ ਸ਼ਾਮ ਨੂੰ ਗੱਲਬਾਤ ਲਈ ਬੁਲਾਇਆ ਸੀਗਾ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਇੱਕ ਹਨੂੰਮਾਨਗੜ੍ਹ ਦੇ ਕੋਲੋਂ ਮਸੀਤਾ ਜਿਹੜਾ ਹੈੱਡ ਦੇ ਕੋਲੋਂ ਇੱਕ ਡੈੱਡ ਬੋਡੀ ਜਿਹੜੀ ਮਿਲੀ ਆ ਉਹਦੀ ਅਸੀਂ ਜਿਹੜੀ ਪਿਕਚਰ ਆ ਉਹ ਪਰਿਵਾਰ ਨੂੰ ਦਿਖਾਈ ਆ ਅਤੇ ਉਹ ਸਾਨੂੰ ਮਤਲਬ ਡੈੱਡ ਬੋਡੀ ਤੋਂ ਲੱਗਦਾ ਕਿ ਵੀ ਉਸ ਏਜ ਦੀ ਲੱਗਦੀ ਹੈਗੀ ਆ ਅਤੇ ਪਰ ਉਹ ਸਾਨੂੰ ਜਸਟ ਮਤਲਬ ਅੱਧਾ ਘੰਟਾ ਪਹਿਲਾਂ ਇਨਫੋਰਮੇਸ਼ਨ ਆਈ ਆ। SSP ਮੁਕਤਸਰ ਅਤੇ DSP ਫਰੀਦਕੋਟ ਸਾਨੂੰ ਮਿਲ ਕੇ ਗਏ ਨੇ ਔਰ ਉਹਨਾਂ ਨੇ ਕਿਹਾ ਕਿ ਉੱਥੋਂ ਡੈੱਡ ਬੋਡੀ ਅਸੀਂ ਜਿਹੜੀ ਆ ਉਹ ਕੱਢ ਲਈ ਆ ਅਤੇ ਸੁਬਾਹ ਅਰਲੀ ਮੋਰਨਿੰਗ ਇੱਥੋਂ ਲਗਭਗ 3:30 ਵਜੇ ਐਕਸ਼ਨ ਕਮੇਟੀ ਅਤੇ ਜਸਪਾਲ ਸਿੰਘ ਦਾ ਪਰਿਵਾਰ ਜਿਹੜਾ ਹੈਗਾ ਇੱਥੋਂ ਜਾਊਗਾ ਪੁਲਿਸ ਫੋਰਸ ਦੇ ਨਾਲ ਔਰ ਉਹ ਦੇਖੇਗਾ, ਚੈੱਕ ਕਰੇਗਾ ਕਿ ਆਈਡੈਂਟੀਫਾਈ ਕਰਨ ਵਾਸਤੇ ਬੋਡੀ, ਕਿਉਂਕਿ ਬਾਕੀ ਬੋਡੀ ਜਸਪਾਲ ਦੀ ਹੈ ਜਾਂ ਕਿਸ ਦੀ ਹੈ। ਇਹ ਡੈੱਡ ਬੋਡੀ ਮਿਲਣ ਅਤੇ ਉਸ ਤੋਂ ਬਾਅਦ ਐਕਸ਼ਨ ਕਮੇਟੀ ਜਿਹੜੀ ਹੈਗੀ ਆ ਉਹ ਵਿਚਾਰੇਗੀ, ਪਰਿਵਾਰ ਨਾਲ ਮਿਲ ਕੇ ਫੈਸਲਾ ਕਰੇਗੀ ਜਿਸ ਤਰ੍ਹਾਂ ਪਰਿਵਾਰ ਚਾਹੇਗਾ। ਐਕਸ਼ਨ ਕਮੇਟੀ ਪਰਿਵਾਰ ਦੇ ਨਾਲ ਖੜੀ ਆ, ਜਿਸ ਤਰ੍ਹਾਂ ਪਰਿਵਾਰ ਦੀ ਇੱਛਾ ਹੋਊਗੀ ਐਕਸ਼ਨ ਕਮੇਟੀ ਉਸ ਤਰ੍ਹਾਂ ਦਾ ਫੈਸਲਾ ਕਰ। ਜਸਪਾਲ ਦੀ ਮੌਤ ਫਰੀਦਕੋਟ ਪੁਲਿਸ ਦੀ ਹਿਰਾਸਤ ਦੌਰਾਨ ਬੀਤੀ 18 ਮਈ ਨੂੰ ਹੋਈ ਸੀ, ਜਿਸ ਦੇ ਇਨਸਾਫ ਅਤੇ ਲਾਸ਼ ਲਈ ਪਰਿਵਾਰ ਪਿਛਲੇ 11 ਦਿਨਾਂ ਤੋਂ SSP ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠਾ। ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ।